ਸਕੂਨ ਹੁੰਦਾ ਪਿਆ ਜੀ। ਹਾਂ ਜੀ, ਮਾਲਿਸ਼ ਸਹੀ ਹੁੰਦੀ ਪਈ ਹੈ। ਸਹੀ ਹੁੰਦੀ ਪਈ, ਸਹੀ ਹੈ। ਅੱਬਾ ਉਹ ਵੇਖ ਲਾ ਆਪਦੀ ਨੂੰਹ ਵੱਲ ਤੇ ਆਪਦੇ ਪੁੱਤਰ ਵੱਲ, ਉਧਰ ਵੇ, ਇਹੋ ਹੀ ਸੇਵਾ ਤੇਰੀ ਕਰੇ ਤੇ ਇਹ ਨੂੰਹ ਸੁਹਾਣੀ ਦੀ ਸੇਵਾ ਕਰਦੀ ਕਰਦਾ, ਮੇਰੀ ਨਹੀਂ ਕਰਦਾ। ਇਹਦੇ ਨਾਲ ਨਾ ਪੁੱਤਰ ਨਾਲ ਇੱਕ ਧੀ ਜੰਮ ਪਾਉਂਦੀ, ਉਹ ਚੰਗਾ ਹੈ। ਪਤਾ ਨਹੀਂ ਕਦੋਂ ਜਾਨ ਛੱਡਣਗੇ, ਇਹਦੀ ਧੀ ਤੇ ਜਵਾਈ ਹਰੇ ਕਦੋਂ ਜਾਣਗੇ, ਚੰਬੜ ਕੇ ਬਹਿ ਹੀ ਗਏ ਨੇ, ਪਤਾ ਨਹੀਂ ਕਦੋਂ ਜਾਣਗੇ। ਪੁੱਤਰ ਨਾਲੋਂ ਇੱਕ ਦੀ ਹੋਰ ਜੰਮ ਲੈਂਦਾ ਨਾ, ਉਹ ਚੰਗਾ ਸੀ। ਉਹ ਤਾਂ ਐਵੇਂ ਗੱਲ ਹੀ ਹੈ, ਹੁਣ ਮੈਂ ਕੀ ਕਰ ਸਕਦਾ। ਉਧਰ ਵੇਖ ਜਰਾ ਤੇਰੀ ਨੂੰਹ ਨੇ ਕੱਪੜੇ ਵੇਖ ਕਿਵੇਂ ਫੈਸ਼ਨਦਾਰ ਪਾਏ ਨੇ, ਇਹ ਕਿੱਥੋਂ ਲਿਆਉਂਦੀ ਕੱਪੜੇ? ਸਹੀ ਲੈ ਦਿੰਦਾ ਸੂ, ਹੈਂ ਸਹੀ ਲੈ ਦਿੰਦਾ, ਕਿਦੋਂ ਲਿਆਉਣੇ ਸੂ? ਇਹ ਸਹੀ ਜਿਹੜਾ ਰਨ ਮੁਰੀ ਦੇ ਤੇ ਘਰ ਦੇ ਕੰਮ ਕੁੰਮ ਕੋਈ ਨਹੀਂ ਕਰਦੀ? ਨਹੀਂ, ਕਿਉਂ? ਸਾਰਾ ਪੁੱਤਰ ਮੇਰਾ ਕਰਦਾ ਕੰਮ, ਟੋਕਰਾਂ ਬਾਰੀਆਂ ਦੇ ਬੰਦ ਟਿਕਰੇ ਦੋਂਦਾ ਹੈ। ਬਸ ਸਹੀ, ਰਨ ਮੁਰੀ ਦੀ ਸਹੀ ਉਹਨੇ ਫੜੀ ਹੈ। ਹਾਂ, ਰਨ ਮੁਰੀ ਦਾ ਮੇਰਾ ਨਹੀਂ ਕਰਦਾ, ਉਹਦਾ ਹੀ ਕਰਦਾ ਹੈ। ਇਹਦੇ ਨਾਲ ਤਾਂ ਨਾ ਮੇਰੀ ਜਾਨ ਤੂੰ ਸੌ ਜਾ, ਮੈਂ ਤੇਰਾ ਸਿਰ ਫੋਲੀ ਜਾਣਾ। ਹਾਂ, ਤੇਰੀ ਤਾਂ ਮੈਂ ਖਿਦਮਤ ਕਰਨੀ, ਉਹ ਤੇਰੇ ਲਈ ਤਾਂ ਮੈਂ ਜ਼ਿੰਦਾ ਹਾਂ। ਮੈਨੂੰ ਪਤਾ ਮੇਰੀ ਖਿਦਮਤ ਕਰਨੀ, ਹੋਰ ਕਿਹਦੀ ਕਰਨੀ ਆ? ਹਾਂ, ਉਹ ਅੱਬਾ ਦੀ ਤਾਂ ਮੈਂ ਇਸੇ ਵਜ੍ਹਾ ਤੂੰ ਨਹੀਂ ਨਾ ਕਰਦਾ। ਉਹਦੀ ਧੀ ਹੈ ਨਾ, ਆਈ ਹੈ ਨਾ, ਪਤਾ ਨਹੀਂ ਕੀ ਕੀ ਪੱਟੀਆਂ ਪੜਾ ਰਹੀ, ਕੀ ਕੀ ਗੱਲਾਂ ਕਰ ਰਹੀ, ਖੁਸਰ ਖੁਸਰ ਲਾਈ ਹੋਈ ਕੰਨਾਂ 'ਚ। ਉਹ ਚੁੱਪ ਕਰ, ਰਸਤਾ ਬੋਲ, ਉਹ ਸੁਣ ਸੀ ਤੇ ਲੜਾਈ ਝਗੜਾ ਪੈਦਾ ਹੋ ਸੀ। ਸੁਣਾ ਪਈ, ਮੈਨੂੰ ਤਾਂ ਡਰ ਪਿਆ ਏ। ਓਏ ਅੱਲਾ ਦਾ ਵਾਸਤੇ ਹੀ ਸ਼ਾਮੀ ਤੋਂ ਟੁਰ ਜਾਣਾ, ਚੱਲਿਆ ਜਾਣਾ ਹੈ ਤੇ ਚਲੀ ਜਾ, ਫਿਰ ਤੇਰੀ ਹਕੂਮਤ ਆਉਣੀ ਨਾ ਪਿੱਛੇ, ਮਗਰੋਂ ਲੱਥੇ ਜਲਦੀ ਜਾਵੇ, ਐਡਾ ਲਾ ਕੇ ਬਹਿ ਗਈ ਏ। ਵਾਹ ਅੱਬਾ ਵਾਹ, ਆਪਣੇ ਪੁੱਤਰ ਨੂੰ ਵੇਖਿਆ ਹੀ, ਦੇਖਿਆ ਮੈਂ, ਛੋਟੇ ਛੋਟੇ ਨੂੰ ਪਾਲਿਆ ਤੂੰ, ਜਵਾਨ ਕੀਤਾ ਹੀ, ਤੇ ਹੁਣ ਵੇਖਿਆ ਕੀ ਹਾਲ ਹੁੰਦਾ ਪਿਆ। ਆਪਣੇ ਬੁੱਢੀ ਦਾ ਸਿਰ ਵੇਖ ਰਿਹਾ, ਉਹਦੀਆਂ ਜੂਆਂ ਕੱਢ ਰਿਹਾ। ਤੂੰ ਰਨ ਮਰੀਜ਼ ਜੋ ਹੋਇਆ, ਤੇਰਾ ਮਾਸਾ ਖਿਆਲ ਨਹੀਂ ਕਰ ਰਿਹਾ ਉਹ? ਨਹੀਂ, ਮੇਰਾ ਨਹੀਂ ਖਿਆਲ ਕਰਦਾ ਉਹ, ਜਿਹੜਾ ਤੁਸੀਂ ਵਗ ਗਏ ਨਾ, ਇਹਨੂੰ ਮੇਰੀ ਬੱਖੀ ਪੈਣਾ, ਮੈਨੂੰ ਤੇ ਨਾ ਮਾਰਨਾ ਕੁੱਟਣਾ, ਇਹ ਬੜੀ ਜ਼ਾਲਮ ਹੈ। ਪੁੱਤਰ ਤਾਂ ਰਨ ਮਰੀਜ਼, ਉਹ ਰਨ ਦੀ ਖਿਦਮਤ ਹੀ ਕਰਦਾ ਹੈ। ਅੱਬਾ ਹਾਂਜੀ, ਆ ਤੇਰੇ ਤੇ ਹੱਥ ਵੀ ਕੋਈ ਨਹੀਂ ਦੇ, ਤੇ ਤੂੰ ਰੋਟੀ ਕਿੰਝ ਤਰ੍ਹਾਂ ਖਾਂਦਾ ਹੋਏਗਾ? ਆਂਡ ਗੁਆਂਡ ਖਵਾ ਜਾਂਦਾ, ਹੋਰ ਮੈਨੂੰ ਕਾਹ ਖਵਾਉਣਾ? ਠੀਕ ਹੈ ਅੱਬਾ, ਅਸੀਂ ਚੱਲਨੇ ਆ। ਚੰਗਾ ਬਈ, ਅੱਲਾ ਤੈਨੂੰ ਖੈਰ ਸਲਾਮ ਤੇ ਲੈ ਜਾਵੇ, ਫੇਰ ਆਵਾਂਗੇ ਅਸੀਂ। ਚਲੋ ਠੀਕ ਹੈ, ਪਰ ਜਾਈਏ, ਮੈਂ ਜਾ ਰਹੀ ਹਾਂ, ਤੇ ਅੱਬੇ ਦਾ ਖਿਆਲ ਰੱਖੀ। ਅੱਬੇ ਦਾ ਖਿਆਲ ਅਸੀਂ ਰੱਖਨੇ, ਤੂੰ ਅੱਗੇ ਰੱਖਨੀ ਖਿਆਲ। ਆਈ ਵੱਡੀ ਅੱਬੇ ਦੀ ਮਦਦੀ, ਖੁਸਰ ਖੁਸਰ ਕੰਨਾਂ 'ਚ ਉਹਦੇ ਦਲਾਈ, ਹੁਣ ਬੜੀ ਖਿਆਲ ਕਰਨ ਵਾਲੀ ਆਈ, ਖਿਆਲ ਰੱਖੀ। ਰੋਟੀ ਪਾਣੀ ਅਸੀਂ ਖਵਾਉਂਦੇ ਹਾਂ, ਚਾਹ ਪਾਣੀ ਅਸੀਂ ਪੁੱਛਦੇ ਹਾਂ, ਕੱਪੜੇ ਅਸੀਂ ਧੋਨੇ ਹਾਂ, ਸਾਰਾ ਖਿਆਲ ਮੈਂ ਹੀ ਕਰਦੀ, ਤੂੰ ਘਰ ਨਹੀਂ ਆ ਕੇ। ਲਾਲਾ ਸੁਣ ਲੈ ਉਹਦੀ ਬੁੱਢੀ ਦੀਆਂ ਗੱਲਾਂ। ਬਾਜੀ ਸਹੀ ਤਾਂ ਦੀ ਪਈ ਹੈ, ਉਹ ਕਿਹੜੀ ਗਲਤ ਪਈ ਬੋਲਦੀ ਹੈ? ਸਹੀ ਉਹ ਕਰਦਾ, ਘੱਟਾ ਕਹਿੰਦਾ ਹੀ ਹੈ, ਬੁੱਢਾ ਆਦਮੀ ਵਿਚਾਰਾ, ਮਥਾਜ ਹੈਗਾ, ਉਹਦੀ ਸੇਵਾ ਕਰਨੀ ਇਹਦਾ ਕੰਮ ਬਣਦਾ, ਅੱਲਾ ਤਾਂ ਡਰੇ, ਖੌਫ ਖਾਵੇ ਕੁਛ। ਉਹ ਬਾਜੀ ਗੱਲ ਸੁਣ ਮੇਰੀ, ਅੱਬਾ ਜ਼ਿੰਦਾ ਤਾਂ ਹੈ, ਤੈਨੂੰ ਪਤਾ ਉਹਦੇ ਦੋਨੋਂ ਬਾਜੀ ਕੋਈ ਨਹੀਂ, ਇਹ ਰੋਟੀ ਖਵਾਉਂਦੀ, ਇਹ ਪਾਣੀ ਪਿਲਾਉਂਦੀ, ਸਾਰੀ ਖਿਦਮਤ ਕਰਦੀ। ਤੂੰ ਅੱਜ ਆਈ ਹੈ,
ਘੰਟਾ ਦੋ ਆ ਕੇ ਤੂੰ ਉਹਦੀ ਖਿਦਮਤ ਕੀਤੀ ਤੇ ਤੂੰ ਬੜੀਆਂ ਗੱਲਾਂ ਕਰਨ ਡਈ ਸਾਨੂੰ ਤੇ ਮੇਰੇ ਸਾਹਮਣੇ ਤੋਂ ਇੱਕ ਦਫਾ ਆਣ ਕੇ ਨੀ ਕਿਆ ਕਿਆ ਲੈ ਬਾ ਮੈਂ ਤੈਨੂੰ ਰੋਟੀ ਖਵਾਵਾਂ ਜਾਂ ਮੈਂ ਤੈਨੂੰ ਪਾਣੀ ਪਿਆਵਾਂ ਜਾਂ ਮੈਨੂੰ ਨਜ਼ਰ ਆਵੇ ਕਿ ਵਾਕਈ ਮੇਰੇ ਪਿਓ ਦੀ ਸੇਵਾ ਕਰਦੀ ਏ ਦੱਸ ਇਹਨੂੰ ਦੱਸ ਹਾਂ ਤੇ ਧੀ ਜੀ ਆਈ ਤੋਂ ਸੇਵਾ ਕਰਨ ਵਾਸਤੇ ਆਏ ਉਹ ਨਹੀਂ ਕਰ ਸਕਦੀ ਧੀ ਦਾ ਹੱਕ ਕੋਈ ਨਹੀਂ ਸੇਵਾ ਕਰਨਾ ਕਿ ਮੇਰਾ ਹੱਕ ਸਾਰੇ ਮੈਂ ਹੀ ਕੰਮ ਕਰਨੇ ਰੱਬੇ ਦੇ ਧੀ ਨੇ ਤੇ ਕਦੀ ਕਦੀ ਆਣ ਕੇ ਪਿਓ ਦੀ ਸੇਵਾ ਕਰਨੀ ਨੌ ਪੁੱਤਰ ਤੇ ਹਰ ਰੋਜ਼ ਕੋਲ ਹੁੰਦੇ ਨੇ ਹਾਂ ਤੇ ਅਸੀਂ ਰੋਜ਼ ਕਹਿੰਦੇ ਅਸੀਂ ਤੈਨੂੰ ਦੱਸ ਕੇ ਕਰਨੀ ਏ ਜਦੋਂ ਮੇਰੇ ਸਾਹਮਣੇ ਨਹੀਂ ਹੁੰਦੀ ਤੇ ਮੈਂ ਤੇ ਇਹ ਕਹਿਣਾ ਕਿ ਪਿੱਛੇ ਵੀ ਕੋਈ ਨਹੀਂ ਕਰਦੇ ਤੇ ਜਦੋਂ ਤੂੰ ਆਏ ਤੇਰਾ ਕੰਮ ਹੈ ਆਪਣੇ ਪਿਓ ਕੋ ਬਹਿਣਾ ਉਹਦਾ ਪੁੱਛਣਾ ਹਾਲ ਚਾਲ ਕਿ ਸਾਡਾ ਕੰਮ ਹੈ ਅਸੀਂ ਫਿਰ ਝੱਟ ਅਸੀਂ ਨਹੀਂ ਬਹਿ ਸਕਦੇ ਸਕੂਨ ਨਾਲ ਤੇ ਸਾਡੇ ਤੇ ਸਕੂਨ ਹੈਗਾ ਹੁਣ ਮੇਰੀ ਗੱਲ ਸੁਣ ਅੱਲਾ ਦਾ ਵਾਸਤੇ ਹੀ ਆ ਤੇ ਜਾਓ ਆਪਣੇ ਘਰ ਤੇ ਤੂੰ ਮੇਰਾ ਘਰ ਬਰਬਾਦ ਕਰਨ ਆਈ ਕਿ ਘਰ ਮਿਲਣ ਆਈ ਹੈ ਤੂੰ ਚੰਗੀ ਭੈਣ ਹੈ ਤੂੰ ਲੜਾਈ ਕਰਾਉਣ ਆਈ ਹੈ ਇਹ ਚੰਗੀ ਲੜਾਈ ਮੈਂ ਤੇ ਲੜਾਈ ਕਿਉਂ ਕਰਨੀ ਮੈਂ ਤੇ ਆਪਣੇ ਪਿਓ ਦੀ ਜਿਹੜੀ ਨੇ ਗੱਲ ਕੀਤੀ ਵਿਚਾਰਾ ਮਥਾ ਜਾਏਗਾ ਤੂੰ ਬੁੱਢੀ ਦੀ ਖਿਦਮਤ ਕਰਨਾ ਬੁੱਢੀ ਨੂੰ ਪੁੱਛਣਾ ਦੱਸਣਾ ਆਪਣੇ ਪਿਓ ਨੂੰ ਨੀ ਪੁੱਛਦਾ ਜਿਹੜਾ ਵਿਚਾਰਾ ਮਥਾ ਜਾਏਗਾ ਕੁਛ ਕਰ ਨਹੀਂ ਸਕਦਾ ਮੈਂ ਤੇ ਜੋ ਵੇਖਿਆ ਮੈਂ ਤੁਹਾਨੂੰ ਉਹ ਕਿਹਾ ਮੈਨੂੰ ਦੁੱਖ ਲੱਗਾ ਤੇ ਮੈਂ ਕਿਹਾ ਮੈਂ ਤੇ ਹੁਣ ਚੱਲੀ ਆ ਜਾ ਜਾ ਜਾਨ ਛੱਡ ਆਪਣੀ ਭੈਣ ਨੂੰ ਸਮਝਾ ਲੋ ਠੀਕ ਹੈ ਨਾ ਜ਼ੁਬਾਨ ਬੜੀ ਲੰਮੀ ਹੈ ਅੱਛਾ ਕੋਈ ਗੱਲ ਨਹੀਂ ਤੂੰ ਗੁਜ਼ਾਰਾ ਕਰ ਲਿਆ ਕਰ ਕਦੀ ਕਦੀ ਤੋਂ ਸਾਹਮਣੇ ਆਉਂਦਾ ਹੁਣ ਆਈ ਹੈ ਤੇ ਵਿਚਾਰੀ ਚਲੀ ਨਹੀਂ ਗਈ ਚਲੀ ਗਈ ਤੇ ਇਹ ਤਾਂ ਮਤਲਬ ਇਹ ਤੇ ਨਹੀਂ ਕਿ ਕਦੀ ਕਦੀ ਆਉਂਦੀ ਤਾਂ ਬਿਸਤੀ ਕਰਕੇ ਚਲੀ ਜਾਵੇ ਹਾਂ ਤੂੰ ਆਦੀ ਤਾਂ ਸਹੀ ਹੈ ਉੱਪਰ ਵਗ ਗਿਆ ਮੇਰਾ ਕੀ ਬਣ ਸੀ ਮਗਰ ਮੇਰੇ ਬੱਕੀ ਪਾਉਂਦੇ ਮੈਂ ਹੋਰ ਕਿਤੇ ਜਾਵਾਂ ਮੈਨੂੰ ਨਾ ਪਾਣੀ ਦਿੰਦੇ ਨਾ ਰੋਟੀ ਦਿੰਦੇ ਨਾ ਉਹਦੇ ਨਾਲ ਲੜਦੇ ਇਹ ਗੱਲ ਨੂੰ ਅੱਲਾ ਦੀ ਰਾਹ ਦਾ ਮੌਤ ਦੇ ਜਾ ਇਹ ਗੱਲ ਨੂੰ ਮਤਲਬ ਮਰ ਜਾਵੇ ਕਹਿ ਚੱਲੇ ਰੋ ਤੇ ਤੂੰ ਤੇ ਇਹਨਾਂ ਮੈਨੂੰ ਵੀ ਮਗਰੋਂ ਰੁਆਵਣਾ ਇਹਨਾਂ ਮੇਰੇ ਨਾਲ ਲੜਨਾ ਵੀ ਤੇਰੀ ਸੀ ਅਸੀਂ ਸਾਡੇ ਨਾਲ ਕਰਦੇ ਰਹੀ ਅਸੀਂ ਕਰਦੇ ਰਹੀ ਅਸੀਂ ਤੇਰਾ ਜੁਆਈ ਵੀ ਕਰਦਾ ਰਹੇ ਗੱਲਾਂ ਕਰਦੇ ਰਹੇ ਇਹਨਾਂ ਮੈਨੂੰ ਰੋਟੀ ਵੀ ਨਹੀਂ ਦੇਣੀ ਤੇ ਨਾ ਇਹਨਾਂ ਨੇ ਮੈਨੂੰ ਪਾਣੀ ਚਾਹ ਦੇਣਾ ਮੈਂ ਕੀ ਕਰਾਂ ਮੈਂ ਕਿਹੜੇ ਪਾਸ ਜਾਵਾਂ ਯਾ ਲੈ ਗੱਲਾਂ ਮੌਤ ਹੀ ਦੇ ਜਾ ਇਹ ਜੇ ਬੰਦਿਆਂ ਨੂੰ ਮੌਤ ਵੀ ਨਹੀਂ ਆਉਂਦੀ ਹੁਣ ਇੱਥੇ ਬੈਠਾ ਹੀ ਰਹੇਗਾ ਹੈ ਇੰਨੀ ਦੇਰ ਹੋ ਗਈ ਧੀ ਤੇ ਚਲੀ ਗਈ ਆ ਤੇ ਉੱਠ ਕੇ ਤੇ ਸਮਾਨ ਲੈ ਦੁਕਾਨ ਤੋਂ ਉਸ ਦੇ ਵਾਲੇ ਸਮਾਨ ਲੈ ਕੇ ਆਇਆ ਤੇ ਅੱਧਾ ਉੱਥੇ ਛੱਡ ਆਇਆ ਤੇ ਅੱਧਾ ਲੈ ਆਇਆ ਤੇ ਅੱਜ ਪੂਰਾ ਲੈ ਕੇ ਆਵੀਂ ਅੱਛਾ ਜਾਨਾ ਮੈਂ ਲੈ ਆਣਾ ਆਹੋ ਤੇ ਗੱਲ ਸੁਣ ਮੇਰੀ ਧੀ ਸਾਹਮਣੇ ਤਾਂ ਬੜੀਆਂ ਤੇਰੀਆਂ ਗੱਲਾਂ ਆਉਂਦੀਆਂ ਨਾ ਤੇ ਹੁਣ ਤੇਰੀ ਜ਼ਬਾਨ ਬੰਦ ਏ ਕਈਆਂ ਗੱਲਾਂ ਆ ਗਏ ਉਹ ਹਾਂ ਧੀ ਨਾ ਜਿਹੜਾ ਰਲ ਕੇ ਘੁਸਰ ਮੁਸਰ ਕਰਦਾ ਰਹਿੰਦਾ ਚਵੀ ਘੰਟ ਸ਼ਿਕਾਇਤਾਂ ਸਾਡੀਆਂ ਲਾਉਂਦਾ ਨਾ ਧੀ ਨੂੰ ਧੀ ਤੇਰੀ ਕੋਈ ਜੱਜ ਲੱਗੀ ਸਾਡੇ ਤੇ ਕਦੇ ਕਦੇ ਆਉਂਦੀ ਤੂੰ ਉਹਦੇ ਲੜਨੀ ਹੈ ਕਦੇ ਕਦੇ ਆਉਂਦੀ ਤੇ ਅਸੀਂ ਤੈਨੂੰ ਕੀ ਇਸ ਤੈਨੂੰ ਇੱਥੇ ਕਈ ਕੁੱਟਵੇ ਮਾਰਦੇ ਰਹਿੰਦੇ ਆ ਸ਼ਿਕਾਇਤਾਂ ਲਾਉਂਦੇ ਰਹਿੰਦੇ 24 ਘੰਟੇ ਖਲੋਤਾ ਹੀ ਰਹੇਗਾ ਬੁੱਤ ਬਣ ਕੇ ਜਾ ਵੀ ਸਹੀ ਸਮਾਨ ਲੈ ਕੇ ਆ ਚੰਗਾ ਲਿਆ ਨਾ ਮੈਂ ਹਾਂ ਜਾ 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 ਜਲਦੀ ਆ ਕੇ ਜਾ ਆਸਤਾ ਆਸਤਾ ਟੁੱਟਦਾ ਪਿਆ ਏ ਕੀ ਕਮਾਲ ਏ ਜਾ ਸਮਾਨ ਲੈ ਕੇ ਪੂਰਾ ਲੈ ਕੇ ਆਹੀਂ ਤਮਾਸ਼ਾ ਬਣਾਇਆ ਹੋਇਆ ਹੈ ਵੇਲਾ ਬੈਗ ਟੁੱਕਰ ਖਾਂਦਾ ਰਹਿੰਦਾ ਤੇ ਆਂਦੀ ਧੀ ਤੇ ਉਹਨੂੰ ਸ਼ਿਕਾਇਤਾਂ ਲਾਉਂਦਾ ਰਹਿੰਦਾ ਇਹ ਤੇ ਉਹ ਹੈ ਉਹ ਵੀ ਆ ਕੇ ਫੱਫੇ ਕੁੱਟਣੀ ਬੜੀ ਅੱਬੇ ਦੀ ਖੈਰ ਖਾਈਏ ਬੜੀਆਂ ਜਿਵੇਂ ਅੱਬੇ ਦਾ ਖਿਆਲ ਕਰਦੀ ਅਸੀਂ ਕਰਨੇ ਤੇ ਨਹੀਂ ਕਰਦੀ ਆਂਦੀ ਫੱਫੇ ਕੁੱਟ ਕੇ ਚਲੀ ਜਾਂਦੀ ਹੈ ਹੁਣ ਮੇਰਾ ਬੰਦਾ ਹੁੰਦਾ ਨਾ ਉਹਨੂੰ ਮੈਂ ਦੱਸਣੀ ਆ ਬੱਬੂ ਕਿੱਥੇ ਚੱਲਿਆ ਓ ਭਾਈ ਜਾਨ ਨਫੀਜ਼ ਓ ਕਿੱਥੇ ਜਾਣਾ ਹੈ ਓਏ ਆਪਣੇ ਕੰਮ ਤੇ ਚੱਲਿਆ ਦਿਹਾੜੀ ਕਰਨ ਚੱਲਿਆ ਮਜ਼ਦੂਰ ਚੌਂਕ ਵਿੱਚ ਕੋਈ ਕਮਾ ਕੇ ਲਿਆਵਾਂ ਯਾਰ ਕੰਮ ਤੇ ਚੱਲਿਆ ਤੈਨੂੰ ਆਪਣੇ ਘਰ ਦੀ ਖਬਰ ਹੈ ਓ ਕੀ ਹੋਇਆ ਦੋਸਤਾ ਮੇਰੇ ਘਰ ਨੂੰ ਤੇਰੀ ਬੁੱਢੀ ਖੂਨ ਵੜੇ ਕਰਦੀ ਆ ਪਤਾ ਨਹੀਂ ਕਿੱਥੇ ਕਰਦੀ ਉਹਦਾ ਕਦੀ ਵੇਖਿਆ ਕਿੱਥੇ ਕਰਦੀ ਕਿੱਥੇ ਨਹੀਂ ਕਰਦੀ ਭਾਈ ਯਾਰ ਇਹ ਤੂੰ ਝੂਠ ਨਾ ਬੋਲ ਯਾਰ ਮੇਰੇ ਕੋਲ ਸਬੂਤ ਆ ਜਾ ਮੈਂ ਤੈਨੂੰ ਆ ਦਿੰਦਾ ਓਏ ਤੂੰ ਮੇਰੇ ਬਚਪਨ ਦਾ ਦੋਸਤ ਹੋ ਕੇ
ਮੇਰਾ ਕਿਉਂ ਕਲੇਜਾ ਪਾੜ ਰਿਹਾ, ਮੈਨੂੰ ਕਿਉਂ ਗੋਲੀਆਂ ਮਾਰ ਰਿਹਾ? ਵੇਖ ਕੇ ਤੈਨੂੰ ਦੱਸ ਰਿਹਾ ਤਾਂ ਹੀ, ਉਹਦੇ ਘਰ ਤੇ ਕੰਟਰੋਲ ਕਰ। ਜੇ ਗੱਲ ਗਲਤ ਹੋਈ ਤਾਂ ਫਿਰ ਜੋ ਮੈਨੂੰ ਮਰਜ਼ੀ ਜੁਰਮਾਨਾ ਪਾ ਦੇ। ਪੱਕੀ ਗੱਲ ਹੈ? ਪੱਕੀ ਗੱਲ ਹੈ। ਵੇਖ ਲੈ ਹਫੀਜ਼, ਫਿਰ ਐ ਨਾ ਹੋਵੇ ਤੇਰੀ ਮੇਰੀ ਦੋਸਤੀ ਦੁਸ਼ਮਣੀ ਚ ਬਦਲ ਜਾਵੇ। ਨਹੀਂ ਵੇਖ ਲੈ, ਮੈਂ ਤੇ ਤੇਰੀ ਗੱਲ ਘਰ ਦੀ ਜਿਹੜੀ ਉਹ ਦੱਸ ਰਿਹਾ। ਚੱਲ ਫਿਰ ਆ ਜਾ। ਆ ਹਜੇ ਤੱਕ ਇਹ ਬੁੱਢਾ ਆਇਆ ਨਹੀਂ, ਇਸ ਬੁੱਢੇ ਨੇ ਪਾਗਲ ਮੇਰਾ ਦਿਮਾਗ ਕਰ ਰੱਖਿਆ। ਪਤਾ ਨਹੀਂ ਕਿੱਥੇ ਰਹਿ ਗਿਆ, ਕਿੱਥੇ ਨਹੀਂ ਰਹਿ ਗਿਆ। ਅਜੀਬ ਆਦਮੀ ਹੈ, ਇੰਨੀ ਦੇਰ ਹੋ ਗਈ, ਘੰਟਾ ਹੋ ਗਿਆ ਇਸ ਨੂੰ ਗਏ ਨੂੰ, ਆਇਆ ਹੀ ਨਹੀਂ ਹੈ। ਆ ਗਿਆ, ਆ ਗਿਆ, ਲੈ ਸੌਦਾ ਅੱਬਾ, ਲੈ ਆਇਆ। ਇਹ ਪੂਰਾ ਲਿਆਂਦਾ ਹੀ? ਪੂਰਾ ਹੈ, ਕੋਈ ਘੱਟ ਨਹੀਂ ਹੈ? ਮੈਨੂੰ ਤਾਂ ਘੱਟ ਲੱਗ ਰਿਹਾ, ਵਜ਼ਨ ਥੋੜਾ ਜਿਹਾ। ਇੰਨੇ ਪੈਸੇ ਉਹਨਾਂ ਹੀ ਆਉਣਾ? ਜਿੰਨੇ ਪੈਸੇ ਪਿਛਲੀ ਵਾਰੀ ਤੂੰ ਮੇਰਾ ਸੌਦਾ ਅੱਧਾ ਉੱਥੇ ਛੱਡ ਆਇਆ, ਪੈਸੇ ਤੈਨੂੰ ਮੈਂ ਪੂਰੇ ਦੇ ਕੇ ਘੱਲਿਆ, ਅੱਧਾ ਸੌਦਾ ਲੈ ਤੇ ਅੱਧਾ ਉੱਥੇ ਹੀ ਸੀ। ਮੈਂ ਸੌਦਾ ਵੇਖਾਂ ਸਹੀ, ਮੈਂ ਖੋਲ ਕੇ ਤਮਾਸ਼ਾ ਬਣਾਇਆ ਹੋਇਆ। ਜਾ ਮੈਂ ਵੇਖ ਲੈਂਦੀ ਹਾਂ, ਜਾ ਕੇ ਉੱਥੇ ਬਹਿ ਜਾ, ਨੀ ਸਿਰ ਪੀੜ। ਗੱਲ ਕੀ ਹੋਇਆ ਏ, ਕਿਉਂ ਰੋਣਾ ਪਿਆ ਏ? ਰੋਵਾ ਨਹੀਂ ਤਾਂ ਮੈਂ ਹੋਰ ਕੀ ਕਰਾਂ ਬਾਜੀ। ਹਾਂ ਉਹ ਗੱਲ ਸੁਣ ਮੇਰੀ, ਉਹ ਲਾਲਾ ਉਹ ਜਿਹੜੀ ਤੇਰੀ ਵਰਜਾਈ ਏ ਨਾ, ਹਾਂ ਸਹਿਮਾ, ਹਾਂ ਉਹ ਤਾਂ ਬੜੀ ਜ਼ਾਲਿਮ ਨਿਕਲੀ ਏ। ਕੀ ਗਿਆ ਹੁਣ ਉਹਨੇ ਕੀ ਕੀਤਾ ਏ? ਉਹਨੇ ਕੀ ਕੀਤਾ ਏ? ਓਏ ਅੱਬੇ ਨਾਲ ਤਾਂ ਅੱਗੇ ਜ਼ੁਲਮ ਕਰਦੀ ਸੀ ਤੇ ਮੈਂ ਨਹੀਂ ਸੀ ਮੰਨਦਾ। ਹਾਂ ਓਏ ਮੇਰੇ ਨਾਲ ਹੀ ਉਹ ਝੂਠੀ ਮੁਹੱਬਤ ਕਰਦੀ, ਓਏ ਉਸ ਤਾਂ ਕਿਸੇ ਹੋਰ ਨਾਲ ਗੋਟੀਆਂ ਅੱਖਾਂ ਲੜਾਈ ਹੋਈਆਂ, ਹੋਰ ਵੇਲੇ ਫੋਨ ਤੇ ਲੱਗੀ ਰਹਿੰਦੀ। ਮੇਰਾ ਦੋਸਤ ਹਫੀਜ਼ ਇਹ ਗਵਾਹ ਹੈ ਮੌਕੇ ਦਾ, ਇਸ ਕਿਹਾ ਚੱਲ ਮੇਰੇ ਨਾਲ, ਮੈਂ ਤੈਨੂੰ ਵੀ ਖਾਣਾ, ਹੁਣ ਵੀ ਫੋਨ ਕਰ ਰਹੀ ਹੈ। ਰੋਜ਼ਾਨਾ ਮੈਂ ਤੈਨੂੰ ਕਿਹਾ ਸੀ ਨਾ, ਤੇਰੀ ਭਰਜਾਈ ਦੇ ਚੱਲ ਠੀਕ ਨਹੀਂ ਹੈਗੇ, ਠੀਕ ਹੈ ਨਾ? ਹੁਣ ਵੇਖ ਲਿਆ ਨਾ ਤੇ ਹੁਣ ਭਾਈ ਕੀ ਹੋ ਸਕਦਾ ਹੈ, ਕੀ ਕਰੀਏ? ਹੁਣ ਕੀ ਹੋ ਸਕਦਾ, ਆਪਾਂ ਸਾਰੇ ਛੁਪ ਕੇ ਉਹਦੀਆਂ ਗੱਲਾਂ ਸੁਣਨੇ ਆ, ਉਹ ਕਹਿ ਕੀ ਰਹੀ ਹੈ, ਉਹ ਕੀ ਚੰਨ ਚੜਾਉਂਦੀ ਹੈ। ਆਓ ਮੇਰੇ ਨਾਲ ਘਰ ਆਉਣ। ਆ ਚੱਲ ਚੱਲ ਫਿਰ ਆਓ ਆਓ ਆ ਜਾਓ ਆ ਜਾਓ ਆ ਜਾਓ। ਗਰਮੀ ਤੇ ਰੰਗ ਹੀ ਖਰਾਬ ਹੁੰਦਾ ਆ, ਫੋਨ ਕਰਾਂ? ਹੈਲੋ, ਤੈਨੂੰ ਕਿਹਾ ਵੀ ਸੀ ਮੈਨੂੰ ਕਰੀਮ ਬਣਵਾ ਦੇ, ਕਰੀਮ ਬਣਵਾ ਦੇ, ਮੇਰਾ ਤੇ ਰੰਗ ਹੀ ਖਰਾਬ ਹੋ ਗਿਆ, ਮੈਂ ਕੀ ਕਰਾਂ? ਮੈਨੂੰ ਤਾਂ ਸਮਝ ਨਹੀਂ ਆਉਂਦੀ, ਕਰੀਮ ਲਾਉਂਦੀ ਰਹਿੰਦੀ ਤੇ ਰੰਗ ਸਹੀ ਰਹਿੰਦਾ, ਕਰੀਮ ਮੈਂ ਨਾ ਲਾਵਾਂ ਨਾ ਤੇ ਮੇਰਾ ਰੰਗ ਉਵੇਂ ਦਾ ਉਵੇਂ ਹੀ ਹੋ ਜਾਂਦਾ, ਫਾਇਦਾ ਕੀ ਮੈਨੂੰ? ਤੇ ਤੈਨੂੰ ਮੈਂ ਕਿਹਾ ਘਰ ਆ ਤੇ ਮੈਨੂੰ ਨਾ ਕਰੀਮ ਬਣਾ ਕੇ ਦੇ, ਠੀਕ ਹੈ ਨਾ? ਪਰ ਮੈਂ ਤੈਨੂੰ ਕਹਿ ਤਾਂ ਰਹੀ ਹਾਂ ਆ ਤੇ ਘਰ ਮੈਨੂੰ ਕਰੀਮ ਬਣਾ ਕੇ ਦੇ, ਤੈਨੂੰ ਕਿੰਨੀ ਵਾਰੀ ਕਿਹਾ, ਤੈਨੂੰ ਅਸਰ ਨਹੀਂ ਹੁੰਦਾ ਕਿਸੇ ਗੱਲ ਦਾ? ਤੈਨੂੰ ਮੈਂ ਕਿਹਾ ਵੀ ਮੇਰਾ ਰੰਗ ਬਹੁਤ ਖਰਾਬ ਹੈ, ਗਰਮੀ ਇੱਕ ਤੇ ਬੜੀ ਹੈ, ਤੇ ਮੈਨੂੰ ਕਰੀਮ, ਮਿਹਰਬਾਨੀ ਤੇਰੀ ਆ ਕੇ ਤੇ ਘਰ ਮੈਨੂੰ ਕਰੀਮ ਬਣਾ ਦੇ, ਠੀਕ ਹੈ ਨਾ? ਤੈਨੂੰ ਅਸਰ ਨਹੀਂ ਹੁੰਦਾ ਮੇਰੀ ਗੱਲ ਦਾ ਕਿ ਮੈਂ ਤੈਨੂੰ ਕੀ ਕਹਿ ਰਹੀ ਹਾਂ? ਆਹੋ ਆਹੋ ਆਹੋ, ਬਿਲਕੁਲ ਸਹੀ ਕਹਿ ਰਿਹਾ। ਹਾਂ ਤੇ ਤੂੰ ਜਲਦੀ ਆ ਮੀਆਂ ਮੇਰਾ, ਉਹਨੇ ਮੈਨੂੰ ਕੀ ਕਹਿਣਾ, ਤੇ ਮੇਰੇ ਇਸ਼ਾਰਿਆਂ ਤੇ ਨੱਚਦਾ ਹੈ, ਜੋ ਮੈਨੂੰ ਕਹਾਂ ਨਾ ਉਹ ਹੀ ਕਰਦਾ ਹੈ। ਆਹੋ ਤੈਨੂੰ ਸਮਝ ਨਹੀਂ ਆ ਰਹੀ ਬਾਬਰ ਮੇਰੀ ਗੱਲ ਦੀ? ਹਾਂ ਜੋ ਉਹਨੂੰ ਮੈਂ ਕਹਾਂ ਨਾ ਉਹ ਹੀ ਕਰਦਾ। ਹਾਂ ਤੇ ਸਹੁਰਾ ਮੇਰਾ,
ਉਹਨੂੰ ਤੇ ਛੱਡ ਪਰਾ, ਉਹਦੀਆਂ ਤੇ ਬਾਹਾਂ ਇੰਨੀਆਂ ਹੈਗੇ, ਟੁੰਡਾ ਹੀ ਹੈਗਾ, ਉਹਨੇ ਮੇਰਾ ਕੀ ਕਰ ਲੈਣਾ, ਉਹਨੇ ਕੀ ਕਰਨਾ ਹੈ। ਆਹੋ ਤੂੰ ਆ ਠੀਕ ਹੈ। ਹਾਂ ਤੇ ਸਹੁਰਾ ਮੇਰਾ, ਉਹਨੂੰ ਤੇ ਮੈਂ ਘਸੁੰਨ ਮਾਰ ਕੇ ਪਰਾ ਸੁੱਟ ਦਿਆਂਗੀ। ਹਾਂ ਤੂੰ ਆ। ਏ ਕਿਹਦੇ ਨਾਲ ਤੂੰ ਗੱਲਾਂ ਕਰਦੀ ਖੱਲੀ ਏ? ਛੱਬੂ ਤੂੰ? ਛੱਬੂ ਮੈਂ ਆ। ਹਾਂ ਤੂੰ ਤੇ ਕੰਮ ਤੇ ਗਿਆ ਸੀ ਤੇ ਤੂੰ ਕਿੱਧਰ ਆ ਗਿਆ? ਮੈਂ ਕੰਮ ਤੇ ਕੋਈ ਨਾ ਮੂੰ ਗਿਆ, ਮੈਂ ਸਾਰੀਆਂ ਤੇਰੀਆਂ ਲੋਕ ਕੇ ਗੱਲਾਂ ਪਿਆ ਸੁਣਨਾ। ਓਏ ਮੇਰਾ ਪਿਓ ਓਏ ਟੁੰਡਾ ਹੈ, ਓਏ ਦੇ ਬਾਜ਼ੂ ਕੋਈ ਨਹੀਂ, ਓਏ ਮੈਂ ਉਹਨੂੰ ਰੋਟੀ ਨਹੀਂ ਖਵਾਉਂਦਾ ਸੀ ਤੇ ਤੈਨੂੰ ਖਵਾਉਂਦਾ ਰਿਹਾ, ਓਏ ਅੱਜ ਤੂੰ ਮੈਨੂੰ ਇਹ ਸਿੱਲਾ ਦਿੱਤਾ ਹੈ। ਤੈਨੂੰ ਕੋਈ ਗੈਰਤ ਨਹੀਂ ਆਈ, ਤੈਨੂੰ ਕੋਈ ਸ਼ਰਮ ਨਹੀਂ ਆਈ? ਮੇਰਾ ਭਰਾ ਸ਼ੁਕਰ ਦੁਪਹਿਰੇ ਜਾਂਦਾ ਕੰਮ ਤੇ, ਤੇ ਤੂੰ ਗੈਰ ਬੰਦੇ ਨਾਲ ਗੱਲਾਂ ਕਰਨੀ ਹੈ? ਤੂੰ ਹੋਰ ਸੁਣ ਲੈ, ਠੀਕ ਹੈ, ਤੂੰ ਬਿਸਮਿਲਾ ਕਰਨੀ ਸਾਂ, ਬਿਸਮਿਲਾ ਕਰਨੀ ਸਾਂ, ਮਿਲ ਗਈ ਨਾ ਗੱਲ? ਹੋਰ ਮੈਂ ਆਪਣੇ ਕੰਨਾਂ ਨਾਲ ਸੁਣਿਆ ਹੈ, ਇਹ ਕਿਹੜੇ ਬਾਬਰ ਨੂੰ ਤੂੰ ਫੋਨ ਪਈ ਕਰੇਨੀ ਆਏ? ਮੈਂ ਆਪਣੇ ਭਰਾ ਨੂੰ ਫੋਨ ਕਰ ਰਹੀ ਸਾਂ। ਇਹ ਤੂੰ ਤਾਂ ਕਿਸੇ ਬਾਬਰ ਹਮਾਮ ਵਾਲੇ ਨਾਲ ਗੱਲ ਪਈ ਕਰੇਨੀ ਆਏ? ਮੈਨੂੰ ਕਰੀਮ ਲੈ ਦੇ ਤੇ ਬਣਾ ਦੇ, ਮੇਰਾ ਰੰਗ ਖਰਾਬ ਹੋ ਗਿਆ ਹੈ। ਮੈਂ ਆਪਣੇ ਭਰਾ ਨੂੰ ਗੱਲ ਕਰਦੀ ਪਈ ਸਾਂ, ਤੈਨੂੰ ਗਲਤ ਫਹਿਮੀ ਹੋਈ ਹੈ, ਠੀਕ ਹੈ ਨਾ? ਤੂੰ ਤੈਨੂੰ ਕਹਿੰਦਾ ਸਾਂ ਨਾ, ਵੇਖ ਲੈ ਨਾ ਆਪਣਾ ਹਿਸਾਬ-ਕਿਤਾਬ ਕੀ ਬਣਦਾ ਪਿਆ। ਉਹ ਦੋਸਤਾ ਤੂੰ ਸਹੀ ਕਹਿਣਾ ਹੈ, ਹੈ ਇਹ ਤਾਂ ਬੀਵੀ ਨਹੀਂ ਕੋਈ ਨਾਗਾ ਨੇ, ਨਾਗਾ ਓਏ ਇਸ ਤੇ ਮੈਂ ਅੱਖੀ ਵੇਖ ਲਿਆ ਨਾ ਜੋ ਓਏ ਆਪਣੀ ਅੱਖੀ ਵੇਖਿਆ, ਆਪਣੀ ਕੰਨੀ ਸੁਣਿਆ, ਇਸ ਤੇ ਮੈਂ ਡੰਗਿਆ ਹੈ, ਡੰਗ ਮਾਰਿਆ ਹੈ ਨਾਗਨ ਨੇ। ਜਾ ਤਫਾ ਹੋ ਜਾ, ਨਿਕਲ ਜਾ ਮੇਰੇ ਘਰੋਂ, ਜਾ ਨਿਕਲ, ਨਿਕਲਦੀ ਨਹੀਂ ਓਏ, ਜਾਨ ਛੱਡ, ਮੈਂ ਤੇਰੇ ਜਿਹੀ ਬੀਵੀ ਨਹੀਂ ਚਾਹੀਦੀ। ਕਿਉਂ ਕੀ ਹੋ ਗਿਆ, ਕਿਉਂ ਅਕੜਦਾ ਪਿਆ, ਕੀ ਵਜ੍ਹਾ? ਓ ਦੀ ਤੂੰ ਪੁੱਛ ਲੈ, ਮੈਂ ਕੀ ਦੱਸਾਂ ਤੈਨੂੰ, ਦੱਸ ਅੱਬੇ ਨੂੰ ਕੀ ਹੋਇਆ ਹੈ। ਅੱਬਾ ਉਹਨੇ ਕੋਈ ਆਪਣੀ ਇੱਜ਼ਤ ਰਹਿਣ ਨਹੀਂ ਦਿੱਤੀ ਤੇ ਸ਼ਿਕਰ ਦੁਪਹਿਰੇ ਗੈਰ ਬੰਦੇ ਨਾਲ ਗੱਲਾਂ ਕਰਦੀ ਹੈ, ਉਹ ਤਾਂ ਕਰੋ ਜਾਵੇ ਤਾਂ ਬਿਹਤਰ ਹੈ, ਚੰਗਾ ਸਗੋਂ ਕਰਦਾ ਪਿਆ। ਅੱਬਾ ਮੈਨੂੰ ਮਾਫ ਕਰ ਦੇ, ਮੇਰੇ ਕੋਲ ਗਲਤੀ ਹੋ ਗਈ। ਅੱਬਾ ਮਾਫ ਕਰ ਦੇ ਯਾਰ, ਮੈਂ ਨਹੀਂ ਰੱਖਣਾ ਇਹਨੂੰ, ਇਹ ਨਿਕਲੇ। ਛੱਬੂ ਮੈਨੂੰ ਮਾਫ ਕਰ ਦੇ, ਮੇਰੇ ਕੋਲ ਗਲਤੀ ਹੋ ਗਈ। ਮਾਫੀ ਨਾ ਮੰਗ ਮੇਰੇ ਕੋਲੋਂ, ਠੀਕ ਹੈ ਨਾ? ਤੂੰ ਮਾਫੀ ਦੇ ਕਾਬਿਲ ਨਹੀਂ ਹੈ, ਮੈਨੂੰ ਮਾਫ ਕਰ ਦੇ, ਤੂੰ ਨਿਕਲ ਜਾ ਇੱਥੋਂ। ਅੱਬਾ ਮੈਨੂੰ ਮਾਫ ਕਰ ਦੇ, ਅੱਬਾ ਮੇਰੇ ਕੋਲ ਗਲਤੀ ਆ ਗਈ। ਅੱਬਾ ਉਹ ਕਿਉਂ ਨਾ ਕੱਢਾਂ, ਉਹ ਮੈਂ ਸਭ ਪਲਦਾ ਰਿਹਾ ਆਪਣੇ ਘਰ, ਅੱਬਾ ਤੂੰ ਟੁੰਡਾ ਹੈ, ਉਹ ਤੇਰੇ ਬਾਜ਼ੂ ਨਹੀਂ ਹੈ, ਉਹ ਮੈਂ ਤੈਨੂੰ ਰੋਟੀ ਨਹੀਂ ਖਵਾਉਂਦਾ ਸੀ, ਉਹ ਮੈਂ ਚੂਰੀਆਂ ਮੁਰਕੀਆਂ ਬਣਾ ਬਣਾ ਕੇ ਤੇ ਮੂੰਹ ਹੀ ਟੁੰਡਾ ਰਿਹਾ, ਉਹ ਅੱਜ ਇਸ ਮੈਨੇ ਇਹ ਸਿੱਲਾ ਦਿੱਤਾ ਹੈ। ਅੱਬਾ ਇਹਨੂੰ ਜਾਣਦੇ ਇਹ ਸਾਡੇ ਕਾਬਲ ਦੀ ਨਹੀਂ ਰਹੀ, ਇਹ ਗੈਰ ਮਰਦਾਂ ਨਾਲ ਗੱਲਾਂ ਕਰਦੀ ਹੈ, ਸਹੀ ਮੇਰਾ ਭਰਾ ਕਹਿ ਰਿਹਾ, ਇਹਨੂੰ ਨਿਕਲ ਦੇ, ਇਹਨੂੰ ਕੱਢ ਬਾਹਰ, ਆਪਣੀ ਇੱਜ਼ਤ ਹੈ ਨਾ ਕੱਢੋ। ਅੱਬਾ ਮੈਨੂੰ ਮਾਫ ਕਰ ਦੇ, ਅੱਬਾ ਮੇਰੇ ਕੋਲ ਗਲਤੀ ਹੋ ਗਈ। ਅੱਬਾ ਕੋਈ ਤੈਨੂੰ ਮਾਫ ਮੂਫ ਨਹੀਂ ਕਰਦਾ, ਅੱਬਾ ਤੂੰ ਨਹੀਂ ਕਰ, ਮਾਫ ਕਰ ਦੇ, ਮਾਫ ਕਰ ਦੇ, ਅੱਬਾ ਮੇਰੇ ਕੋਲ ਗਲਤੀ ਹੋ ਗਈ, ਅੱਬਾ ਮੈਨੂੰ ਮਾਫ ਕਰ ਦੇ, ਅੱਬਾ ਮੈਨੂੰ ਮਾਫ ਕਰ ਦੇ, ਮਾਫ ਕਰ ਦੇ ਯਾਰ, ਅੱਬਾ ਮੇਰੇ ਕੋਲ ਗਲਤੀ ਹੋ ਗਈ, ਅੱਬਾ ਮਾਫ ਕਰ ਦੇ। ਇਹ ਗੱਲ ਤੁਹਾਨੂੰ ਪਹਿਲੇ ਸੋਚਣੀ ਚਾਹੀਦੀ ਸੀ, ਅੱਬਾ ਮੈਨੂੰ ਮਾਫ ਕਰ ਦੇ, ਚਲ ਅੱਬਾ ਨੂੰ ਮਾਫ ਕਰ ਦੇ, ਅੱਲਾ ਕਰੇ ਉਹ ਗਾਂ ਤੋਂ ਫੋਨ ਨਾ ਕਰੇ। ਮੈਂ ਮਾਫ ਕੀਤੀ ਕਾਂ ਤੇ ਦਰਾ ਤੈਨੂੰ, ਨਾ ਤਾਂ ਮਾਫ ਕਰ ਦੇ। ਅੱਛਾ ਅੱਬਾ ਤੂੰ ਮੈਨੂੰ ਵੀ ਮਾਫ ਕਰ ਦੇ, ਓ ਮੈਂ ਵੀ ਤੇਰੇ ਨਾਲ ਜ਼ੁਲਮ ਕਰਦਾ ਰਿਹਾ, ਜ਼ਿਆਦਤੀਆਂ ਕਰਦਾ ਰਿਹਾ, ਓਏ ਅੱਜ ਆਪਣੀ ਬੀਵੀ ਤੇ, ਆਪਣੀ ਬੀਵੀ ਦੇ ਆਖੇ ਲੱਗ ਕੇ ਤੇ ਮੈਂ ਜੁਰਮੀ ਆ ਤੇਰਾ, ਮੈਨੂੰ ਵੀ ਮਾਫ ਕਰ ਦਿਓ ਅੱਬਾ ਜੀ, ਮਾਫ ਕੀਤਾ।